ਪੀਰ ਅਲੀ ਇੱਕ ਦੀ ਘਰ ਦੇ ਨਾਲ ਆਏ, ਪੁੱਛੋ ਉਲਮਾ ਗੁਰੂ ਆਪ ਘਰ ਦੇ ਨਾਲ ਆਏ, ਸੈਯਦਾ ਜ਼ਹਰਾ ਬੀਬੀ ਦਰਵਾਜ਼ਾ ਬੰਦੇ ਲਗਨ ਸੈਣ ਜਾਗਦੀ ਬੈਠੀ ਆਈ, ਪਾਕ ਅਲੀ ਦੇ ਨਾਲ ਜੋ ਆਏ ਦਰਵਾਜ਼ਾ ਖੜਕਾਏ ਨੇ, ਸੈਣ ਪੁੱਛੇ ਕੌਣ, ਅਨ ਅਲੀ, ਮੈਂ ਅਲੀ, ਮੈਂ ਹਸਨ ਦਾ ਬਾਬਾ, ਹੁਸੈਨ ਦਾ ਬਾਬਾ, ਅਲਾਉ ਤਾਂ ਸਹੀ, ਫਰਮਾਇਆ ਮੈਂ ਹੁਸੈਨ ਦਾ ਬਾਬਾ, ਮੈਂ ਹਸਨ ਦਾ ਬਾਬਾ, ਮੈਂ ਜ਼ੈਨਬ ਦਾ ਬਾਬਾ, ਅਲਾਉ ਤਾਂ ਸਹੀ, ਫਰਮਾਇਆ ਮੈਂ ਹੁਸੈਨ ਦਾ ਬਾਬਾ, ਮੈਂ ਹਸਨ ਦਾ ਬਾਬਾ, ਮੈਂ ਜ਼ੈਨਬ ਦਾ ਬਾਬਾ, ਮੈਂ ਜ਼ਹਰਾ ਤੇਰਾ ਸ਼ੌਹਰ ਅਲੀ ਆ। ਸੈਯਦਾ ਜ਼ਹਰਾ ਪੁੱਛੇ ਅਲੀ ਕਿੱਥੇ ਰਹੇ ਹੋ, ਦੇਰ ਕਿਉਂ ਲਈ ਵੇ, ਅੱਜ ਕਿਨ ਖੈਰ ਤਹੀ, ਅਲੀ ਪਾਕ ਫਰਮਨ ਜ਼ਹਰਾ ਅੱਜ ਤੇਰੇ ਬਾਬਾ ਜਾਨ ਪਾਕ ਨਬੀ ਕਰਮ ਨਵਾਜ਼ੀ ਫਰਮਾਈਏ, ਹਜ਼ੂਰ ਖੁਤਬਾ ਇਰਸ਼ਾਦ ਫਰਮਾਏ, ਨਬੀ ਦਰਸ ਦਿੱਤੇ, ਦਰਸ ਸੁਣਦੇ ਰਹਿ ਗਏ, ਦੇਰ ਥੀ ਗਈ ਏ। ਸੈਯਦਾ ਜ਼ਹਰਾ ਪੁੱਛਦੀ ਅਲੀ ਜੇ ਮੈਂ ਆਖਾਂ ਜਿਹੜਾ ਦਰਸ ਮੇਰੇ ਨਾ ਬਾਬਾ ਜਾਨ ਦਿੱਤੇ, ਜੇ ਮੈਂ ਆਖਾਂ ਮੇਰੇ ਕੋਲ ਸੁਣਵਾਓ, ਕਿਆ ਸੁਣਵੇ ਸੋ, ਅਲੀ ਪਾਕ ਫਰਮਾਏ ਹਾਂ ਜ਼ਹਰਾ ਮੈਂ ਜ਼ਰੂਰ ਸੁਣਵੇ ਸਾਂ, ਮਗਰ ਕਰ, ਹਾਂ ਜ਼ਹਰਾ ਮੈਂ ਜ਼ਰੂਰ ਸੁਣਵੇ ਸਾਂ, ਨਬੀ ਦੇ ਗੁਲਾਮ ਹੁਸੈਨ ਦਰਵਾਜ਼ਾ ਖੋਲੇ, ਪਾਕ ਅਲੀ ਅੰਦਰ, ਗੌਰ ਕਰ, ਪਾਕ ਅਲੀ ਅੰਦਰ ਆਏ, ਜ਼ਹਰਾ ਪੁੱਛਦੀ ਅਲੀ ਪਹਿਲੇ ਹਾਲ ਦੇ ਮੇਰੇ ਬਾਬੇ ਕਿਆ ਜ਼ਿਕਰ ਕੀਤੇ, ਮੇਰੇ ਬਾਬੇ ਕਿਆ ਜ਼ਿਕਰ ਕੀਤੇ, ਪਾਕ ਅਲੀ ਫਰਮਾਏ ਜ਼ਹਰਾ ਤੇਰੇ ਬਾਬਾ ਜਾਨ ਅੱਜ ਸੈਯਦਨਾ ਸੁਲੇਮਾਨ ਅਲੈ ਸਲਾਤ ਵਸਲਾਮ ਦਾ ਜ਼ਿਕਰ ਬਿਆਨ ਫਰਮਾਏ, ਮੇਰੇ ਨਬੀ ਫਰਮਾਏ ਸੁਲੇਮਾਨ ਨਬੀ ਆਈ, ਅੱਲਾਹ ਕੋ ਦੌਲਤ ਦਿੱਤੀ ਆਈ, ਮਾਲ ਦਿੱਤਾ ਹਾਂ, ਉਹ ਬੇਟੀ ਦੀ ਸ਼ਾਦੀ ਕੀਤੀ ਆਈ, ਜਿਹਨਾਂ ਧੀ ਕੋ ਜਹੇਦ ਦਿੱਤਾ, ਕਈ ਉੱਠ ਮਾਲ ਦੇ ਲੱਦੇ ਹੋਏ ਦਿੱਤੇ ਹਨ, ਇਤਨਾ ਮਾਲ ਦਿੱਤਾ, ਇਤਨੀ ਦੌਲਤ ਦਿੱਤੀ, ਅਲੀ ਪਾਕ ਸੁਣਵੇਂ ਦੇ ਬੈਠੇ ਨਬੀ ਦੀ ਧੀ ਤੈਯਬ ਤਾਹਿਰ ਦੀ ਹਸਨੈਨ ਦੀ ਅੰਮਾ, ਕਿਬਲਾ ਗੌਰ ਕਰ, ਹਸਨੈਨ ਦੀ ਅੰਮਾ, ਪਾਕ ਜ਼ਹਰਾ ਦੇ ਅੱਖੀ ਚੂਹਾਂ ਸੋਏ, ਜ਼ਹਰਾ ਪਾਕ ਰੋਂਦਿਆਂ ਬੈਠੇ, ਪਾਕ ਅਲੀ ਫਰਮਾਏ ਜ਼ਹਰਾ ਖੈਰ ਹੋਵੇ, ਰੋਨੀ ਕਿਉਂ ਏ, ਅਲੀ ਪਾਕ ਵਦਨ, ਅਲੀ ਬਸ ਕਰੋ, ਤੁਸਾਂ ਮੇਰੇ ਕੋ ਬਾਤ ਨੀ ਮੈਂ ਸੁਣਵੇਂ ਦੇ ਪਏ, ਤੁਸਾਂ ਤਾਂ ਮੇਰੇ ਕੋ ਤਾਨਾ ਪੈ ਦੇਂਦੇ ਹੋ, ਮੇਰੇ ਕੋ ਮੇਣੇ ਪੈ ਦੇਂਦੇ ਹੋ, ਉਹ ਸੁਲੇਮਾਨ ਨਬੀ ਦੀ ਧੀ ਕੋ, ਸੁਲੇਮਾਨ ਨਬੀ ਆਪਣੀ ਧੀ ਕੋ ਇਤਨਾ ਮਾਲ, ਇਤਨਾ ਜਹੇਦ ਦਿੱਤਾ, ਲੇਕਿਨ ਤੂੰ ਨਬੀਆਂ ਦੇ ਨਬੀ ਦੀ ਧੀ ਤੇਰੇ ਬਾਬੇ ਤੇ ਗੁੰ ਕਿਆ ਦਿੱਤਾ। ਅਲੀ ਫਰਮਾਏ ਜ਼ਹਰਾ ਨਾ ਨਾ, ਜੋ ਮੈਂ ਸੁਣਦੇ ਆਇਆ ਮੈਂ ਤਾਂ ਉਹ ਬਿਆਨ ਪਿਆ ਕਰੇ ਨਾ, ਲੇਕਿਨ ਨਬੀ ਦਾ ਗੁਲਾਮ ਬੜੀ ਤਬਾਲਤ ਦੇ ਅੰਦਰ ਬੰਨਣ ਦੀ ਲੋੜ ਨਹੀਂ, ਆਮਦਨ ਬਰਸਰੇ ਮਤਲਬ ਮੈਂ ਪਿਆ ਦਾ ਤੈਂ ਕੋ, ਜੋ ਕੋਈ ਪੁੱਛੇ ਬਾਬਾ ਕਿਨ ਗਿਆ ਓਏ, ਮੇਰਾ ਵੀਰ ਕਿਨ ਗਿਆ ਓਏ, ਆਗ ਜਨਾਜ਼ਾ ਗਾ ਲਈ ਮਸਜਿਦ ਵਿੱਚ ਗਿਆ, ਨਿਕੰਮਾ ਦੀਆਂ ਜਮਾਤ ਹਲੇ ਸੁਨਤ ਦਾਦਨਾ ਦੀਆਂ ਕਾਰਕੁਨ, ਇੱਕ ਨਿਕੰਮਾ ਦੀਆਂ ਮੌਲਵੀ ਹਬੀਬੁਰ ਰਹਿਮਾਨ, ਹਜ਼ੂਰ ਦਾ ਮਿਲਾਦ ਪਿਆ ਬਿਆਨ ਕਰੇਂਦਾ, ਕੋਈ ਆ ਕੇ ਕਿਆ ਯਾਦ ਕਰ ਰਹੇ, ਤੂੰ ਅੱਗ ਪਿਆ ਤਾਂ ਕੁਝ ਨਿਮ ਯਾਦ ਕੀਤਾ, ਹੋ ਮੌਲਵੀ ਓ ਭਗਵਾਨ ਛੋਣੇ ਜੋ ਰੋਂਦੇ ਰਾਹਵਣ ਵਾਲਾ, ਰੋਂਦੇ ਰਾਹਵਣ ਵਾਲਾ, ਉਜੜੇ ਵਸਾਵਣ ਵਾਲਾ, ਰੋਂਦੇ ਰਾਹਵਣ ਵਾਲਾ, ਉਜੜੇ ਵਸਾਵਣ ਵਾਲਾ, ਰੋਂਦੇ ਰਾਹਵਣ ਵਾਲਾ, ਉਜੜੇ ਵਸਾਵਣ ਵਾਲਾ, ਓਏ ਦੁਸ਼ਮਣ ਜੋ ਦਰਦੇ ਆਵੇ, ਓਏ ਦੁਸ਼ਮਣ ਜੋ ਦਰਦੇ ਆਵੇ, ਚਾਦਰਾਂ ਵੀ ਛਾਵਣ ਵਾਲਾ, ਅੱਲਾ ਰਾਜ਼ੀ ਹੋ ਗਿਆ। ਬਹਰਹਾਲ ਨਬੀ ਅਲੈਹਿਸਲਾਮ ਨੇ ਪਿਆਰੇ ਗੁਲਾਮੋ, ਇਹ ਅਜ਼ਮਤ ਵਾਲਾ ਨਬੀ ਹੈ, ਇਹ ਉਹ ਸ਼ਾਨੇ ਵਾਲਾ ਰਸੂਲ ਹੈ, ਇਹ ਰਸੂਲ ਦੀ ਵਿਲਾਦਤ ਥਈ ਹੈ, ਅਗੋ ਖੁਸ਼ ਥੀਵਣ ਵਾਲੇ ਖੁਸ਼ ਥੇ, ਕਈ ਖੁਸ਼ ਥੀ ਕਹਿੰਦੇ, ਕਈਆਂ ਜਨਾਬ ਕੂਏ ਮੂੰਹ ਥਿਆ ਮੰਜਾ ਜਾ ਕੀਤੇ,